ਸਵਾਗਤ ਹੈ ਜੀ ਮੈਂ ਸਮੀਪ ਸਿੰਘ ਗੁੰਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਤੁਹਾਡੇ ਲਈ ਇੱਕ ਨਵੀਂ ਬਹੁਤ ਹੀ ਵਿਦੇਸ਼ ਤੋਂ ਭਾਰਤ ਅਤੇ ਭਾਰਤ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਇੱਕ ਬਹੁਤ ਹੀ ਵੱਡੀ ਰਾਹਤ ਵਾਲੀ ਖਬਰ ਭਾਰਤ ਨੇ ਹੁਣ ਅਨਾਉਂਸ ਕਰ ਦਿੱਤਾ ਹੈ ਐਲਾਨ ਕਰ ਦਿੱਤਾ ਹੈ ਕਿ ਤਕਰੀਬਨ 2 ਸਾਲ ਬਾਅਦ ਕੋਵਿਡ ਦੇ ਸ਼ੁਰੂ ਹੋਣ ਤੋਂ ਬਾਅਦ ਜਦੋਂ ਭਾਰਤ ਨੇ ਜਿਹੜੀਆਂ ਫਲਾਈਟਸ ਨੂੰ ਕੰਪਲੀਟਲੀ ਸਸਪੈਂਡ ਕਰਤੀਆਂ ਸਨ ਉਸ ਤੋਂ ਬਾਅਦ ਜਿਹੜੀਆਂ ਉਡਾਨਾਂ ਨੇ ਏ ਟੈਂਪੋਰਰੀ 에ਅਰ ਬੱਬਲ ਐਗਰੀਮੈਂਟਸ ਜਿਹੜੇ ਆ ਕਿ ਭਾਰਤ ਨੇ ਕਈ ਮੁਲਕਾਂ ਨਾਲ ਕੀਤੇ ਸਨ ਅਸਥਾਈ ਹਵਾਈ ਸਮਝੌਤੇ ਉਹਦੇ ਤਹਿਤ ਚੱਲ ਰਹੀਆਂ ਸਨ ਪਰ ਹੁਣ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਡੀਜੀਸੀਏ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਉਹਨਾਂ ਨੇ ਹੁਣ ਐਨਾਉਂਸਮੈਂਟ ਕੀਤੀ ਹੈ ਕਿ 27 ਮਾਰਚ 26 ਮਾਰਚ ਦੀ ਰਾਤ ਨੂੰ 12 ਵਜੇ ਜਦੋਂ 27 ਮਾਰਚ ਸ਼ੁਰੂ ਹੋਣ ਤੇ ਭਾਰਤ ਵੱਲੋਂ ਹੁਣ ਅੰਤਰਰਾਸ਼ਟਰੀ ਉਡਾਨਾਂ ਜੜੀਆਂ ਨੇ ਉਹ ਮੁੜ ਭਾਲ ਕਰ ਦਿੱਤੀਆਂ ਜਾਣਗੀਆਂ ਇਹ ਜਿਹੜੀਆਂ ਉਡਾਨਾਂ ਨੇ ਸ਼ੁਰੂ ਹੋਣ ਤੋਂ ਬਾਅਦ 27 ਮਾਰਚ ਤੋਂ 27 ਮਾਰਚ ਤੋਂ ਜਿਹੜੇ 에ਅਰ ਬੱਬਲ ਐਗਰੀਮੈਂਟਸ ਨੇ ਉਹ ਖਤਮ ਹੋ ਜਾਣਗੇ ਤੇ ਜੜੇ ਵੀ ਪੁਰਾਣੇ ਹਵਾਈ ਸਮਝੌਤੇ ਭਾਰਤ ਸਰਕਾਰ ਨੇ ਵਿਦੇਸ਼ੀ ਮੁਲਕਾਂ ਨੇ ਨੇ ਉਹ ਐਪਲੀਕੇਬਲ ਹੋ ਜਾਣਗੇ। ਤਕਰੀਬਨ 2 ਸਾਲ ਪਹਿਲਾਂ 23 ਮਾਰਚ 2020 ਉਹ ਐਸਾ ਦਿਨ ਸੀ ਜਦ ਪੂਰੀ ਦੁਨੀਆ ਨੇ ਦੇਖਿਆ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਤੇ ਹੋਰਨਾ ਮੁਲਕਾਂ ਨੇ ਵੀ ਜਿਹੜਾ ਹੈ ਲਾਕਡਾਊਨ ਅਨਾਉਂਸ ਕੀਤਾ ਤੇ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਹੈ ਕੰਪਲੀਟਲੀ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਹਨ ਉਹ ਪੂਰੀਆਂ ਜਿਹੜੀਆਂ ਸਨ ਸਸਪੈਂਡ ਕਰ ਦਿੱਤੀਆਂ ਭਾਰਤ ਤੋਂ ਜਾਂ ਭਾਰਤ ਆਉਣ ਵਾਲੀਆਂ ਉਡਾਨਾਂ ਇੱਥੋਂ ਤੱਕ ਕਿ ਕਈ ਮੁਲਕਾਂ ਤੋਂ ਜਹਾਜ਼ ਜਿਹੜੇ ਸਨ ਟੇਕ-ਆਫ ਵੀ ਕਰ ਗਏ ਸਨ ਪਰ ਉੱਥੋਂ ਹੀ ਉਹਨਾਂ ਨੇ ਵਿਦਨ ਦਾ ਯੂ ਨੋ ਅਸਮਾਨ ਚੋਂ ਫਿਰ ਵਾਪਸ ਉਡਾਨਾਂ ਜਿਹੜੀਆਂ ਸਨ ਉਹ ਵਾਪਸ ਚਲੇ ਗਈਆਂ ਤੇ ਉਸ ਤੋਂ ਬਾਅਦ ਬਹੁਤ ਲੰਮੇ ਸਮੇਂ ਤੱਕ ਸਾਰਿਆਂ ਨੂੰ ਪਤਾ ਹੈ ਜਿਹੜੇ ਲੋਕ ਭਾਰਤ ਆਏ ਸਨ ਵਿਦੇਸ਼ ਤੋਂ ਉੱਥੇ ਫਸ ਗਏ ਭਾਰਤੀ ਜਿਹੜੇ ਵਿਦੇਸ਼ ਗਏ ਸਨ ਉੱਥੇ ਫਸ ਗਏ ਵਿਦੇਸ਼ੀ ਮੁਲਕਾਂ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵੱਡੀ ਗਿਣਤੀ ਵਿੱਚ ਉਹਨਾਂ ਦੇ ਜਿਹੜੇ ਨਾਗਰਿਕ ਸਨ ਉੱਥੇ ਰਹਿਣ ਵਾਲੇ ਸਨ ਉਹ ਭਾਰਤ ਖਾਸ ਕਰਕੇ ਪੰਜਾਬ ਆਏ ਸਨ ਪਰ ਉਹ ਫਿਰ ਪੰਜਾਬ ਫਸ ਗਏ ਬਹੁਤ ਹੀ ਵੱਡੀ ਚਦੋ ਜਹਦ ਬਾਦ ਕੁਝ ਚਾਰਟਰ ਫਲਾਈਟਸ ਜਾਂ ਜਿਨੂੰ ਉਹਨਾਂ ਨੇ ਰੀਪੈਟਰੀਸ਼ਨ ਫਲਾਈਟਸ ਅਮ ਕੀ ਆ ਗਿਆ ਸਟ੍ਰੈਂਡਿਡ ਸਿਟੀਜ਼ਨਸ ਲਈ ਉਹ ਚਲਾਈਆਂ ਗਈਆਂ ਇੱਥੇ ਖਾਸ ਗੱਲ ਇਹ ਹੈ ਕਿ ਜਦੋਂ ਗੱਲਤਰੀ ਕਿ ਪੰਜਾਬ ਦੇ ਯਾਤਰੀ ਜਿਹੜੇ ਨੇ ਦਿੱਲੀ ਜਾਣ ਲਈ ਬਹੁਤ ਹੀ ਰਸਤੇ 'ਚ ਕਰਫਿਊ ਲੱਗਾ ਸਨ ਬਹੁਤ ਹੀ ਮੁਸ਼ਕਲਾਂ ਸਨ ਤੇ ਇਹੋ ਡਿਮਾਂਡ ਹੋਈ ਖਾਸ ਕਰਕੇ ਯੂਕੇ ਕੈਨੇਡਾ ਵਾਲਿਆਂ ਵੱਲੋਂ ਕਿ ਸਾਨੂੰ ਪੰਜਾਬ ਤੋਂ ਹੀ ਵਾਪਸ ਘਰ ਖੜਿਆ ਜਾਵੇ ਅਸੀਂ ਦਿੱਲੀ ਨਹੀਂ ਜਾ ਸਕਦੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਡਾ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੋਂ ਦੇ ਹਵਾਈ ਅੱਡੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਫਿਰ ਸਪੈਸ਼ਲ ਫਲਾਈਟਾਂ ਜਿਹੜੀਆਂ ਨੇ ਕੈਨੇਡਾ ਲਈ 50 ਫਲਾਈਟਾਂ ਯੂਕੇ ਲਈ ਤਕਰੀਬਨ 28 ਫਲਾਈਟਾਂ ਤੇ ਹਜ਼ਾਰਾਂ ਦੇ ਗਿਣਤੀ ਤਕਰੀਬਨ 50 ਤੋਂ 30 ਹਜ਼ਾਰ ਯੂਕੇ ਤਕਰੀਬਨ 8500 ਕੈਨੇਡਾ ਵੀ ਤਕਰੀਬਨ 8000 ਮਲੇਸ਼ੀਆ ਆਸਟ੍ਰੇਲੀਆ ਹੋਰਨਾ ਮੁਲਕਾਂ ਨੂੰ ਵੀ ਜਿਹੜੀਆਂ ਨੇ ਸਪੈਸ਼ਲ ਫਲਾਈਟਸ ਚਲੀਆਂ ਪਰ ਉਸ ਤੋਂ ਬਾਅਦ ਇਹ ਹੀ ਨਈ ਦਿੱਲੀ ਤੋਂ ਬਾਅਦ ਅੰਮ੍ਰਿਤਸਰ ਭਾਰਤ ਦਾ ਸਭ ਤੋਂ ਬਿਜ਼ੀਅਸ ਹਵਾਈ ਅੱਡਾ ਸੀਗਾ ਸੋ ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਵੱਡੀ ਗਿਣਤੀ ਵਿੱਚ ਜਿਹੜੇ ਯਾਤਰੀ ਨੇ ਪੰਜਾਬ ਦੇ ਉਹ ਦਿੱਲੀ ਹਵਾਈ ਅੱਡੇ ਆਉਂਦੇ ਨੇ ਕਿਉਂਕਿ ਅੰਮ੍ਰਿਤਸਰ ਕੋਵਿਡ ਤੋਂ ਪਹਿਲਾਂ ਵੀ ਲਿਮਿਟਿਡ ਫਲਾਈਟਸ ਸਨ ਖਾਸ ਕਰਕੇ ਕੈਨੇਡਾ ਤੋਂ ਤਕਰੀਬਨ 40 ਹਜ਼ਾਰ ਲੋਕ ਜਿਹੜੇ ਸਨ ਕਿਹਾ ਜਾਂਦਾ ਕਿ ਪੰਜਾਬ ਫਸੇ ਸੀ ਸੋ ਇੱਕ ਬੜੀ ਰਾਹਤ ਵਾਲੀ ਖਬਰ ਹੈ ਇਹਦੇ ਕੀ ਫਾਇਦੇ ਨੇ ਜਦੋਂ ਉਡਾਨਾਂ ਸ਼ੁਰੂ ਹੋ ਜਾਣਗੀਆਂ ਖਾਸ ਕਰਕੇ ਪੰਜਾਬ ਲਈ ਪੰਜਾਬੀਆਂ ਲਈ ਉਹ ਉਹਦੀ ਜਾਣਕਾਰੀ ਵੀ ਦਵਾਂਗੇ ਪਰ ਇਸ ਸਮੇਂ ਜੋ ਸਰਕੂਲਰ ਉਹਨਾਂ ਕੋ ਕੱਢਿਆ ਗਿਆ ਹੈ ਉਹਨਾਂ ਨੇ ਇਹ ਕਿਹਾ ਵਾ ਕਿ ਸਮਰ ਸ਼ਡਿਊਲ ਇਹ ਜਿਹੜਾ 27 ਮਾਰਚ ਤੋਂ ਲੈ ਕੇ 31 ਮਾਰਚ ਤੱਕ ਦਾ ਹੁੰਦਾ ਹੈ ਸਮਰ ਸ਼ਡਿਊਲ 에ਅਰਲਾਈਨਸ ਲਈ ਤੇ ਇਹ ਸਮਰ ਸ਼ਡਿਊਲ ਜਿਹੜਾ ਹੈ ਅਕਤੂਬਰ ਦੇ ਅਖੀਰ ਤੱਕ ਜਾਂਦਾ ਹੈ ਇਸੇ ਕਰਕੇ ਅਸੀਂ ਜਾਣਕਾਰੀ ਦਿੱਤੀ ਸੀ ਕਿ ਅੰਮ੍ਰਿਤਸਰ ਲੰਡਨ ਫਲਾਈਟ ਜਿਹੜੀ ਹੈ ਸਮਰ ਸ਼ਡਿਊਲ 27 ਮਾਰਚ ਤੋਂ ਹਫਤੇ ਵਿੱਚ 3 ਦਿਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੋ 에ਅਰ ਇੰਡੀਆ ਦੀ ਵੈਬਸਾਈਟ ਤੇ ਬੁਕਿੰਗ ਅਵੇਲੇਬਿਲਿਟੀ ਹੈ 27 مارچ ਤੋਂ ਲਿਖਿਆ ਵਾ ਇਹ ਜਿਹੜੀਆਂ ਫਲਾਈਟਸ ਨੇ ਸ਼ੁਰੂ ਹੋਣਗੀਆਂ ਤੇ ਜੜੇ ਵੀ ਬਾਈਲੇਟਰਲ 에ਅਰ ਸਰਵਿਸ ਐਗਰੀਮੈਂਟਸ ਅਸੀਂ ਪੰਜਾਬੀਆਂ ਨੂੰ ਦੱਸ دیے ਪਹਿਲਾਂ ਵੀ ਦੱਸਿਆ ਸੀ ਕਿ ਇਹ ਨਹੀਂ ਹੈ ਕੋਈ ਵੀ ਵਿਦੇਸ਼ ਦੀ 에ਅਰਲਾਈਨ ਭਾਰਤ ਦੇ ਕਿਸੇ ਵੀ ਬਾਈਡੇਲੀ ਫਲਾਈਟ ਸ਼ੁਰੂ ਕਰਦੇ ਨਹੀਂ ਇਸੇ ਕਰਕੇ ਅੰਮ੍ਰਿਤਸਰ ਨਹੀਂ ਆਉਂਦੀ ਕਿਉਂਕਿ ਉਹ 에ਅਰ ਸਰਵਿਸ ਐਗਰੀਮੈਂਟ ਵਿੱਚ ਕੋਈ ਵੀ ਯੂਏ ਦੀ 에ਅਰਲਾਈਨ ਅੰਮ੍ਰਿਤਸਰ ਨਹੀਂ ਆ ਸਕਦੀ ਭਾਰਤ ਦੀਆਂ 에ਅਰਲਾਈਨਸ ਅੰਮ੍ਰਿਤਸਰ ਤੋਂ ਯੂਏ ਜਾ ਸਕਦੀਆਂ ਨੇ ਪਰ ਭਾਰਤ ਨੇ ਜੋ ਨਾਲ ਲਿਮਿਟ ਦਿੱਤੀ ਹੋਈ ਆ ਕੋਈ ਹੋਰ 에어ਪੋਰਟ ਨੇ ਉਹ ਚ ਅੰਮ੍ਰਿਤਸਰ ਸ਼ਾਮਿਲ ਨਹੀਂ ਹੈ ਖੈਰ ਸੋ ਜਿਹੜੇ 에ਅਰ ਸਰਵਿਸ ਐਗਰੀਮੈਂਟਸ ਹਨ ਜਿਹਦੇ ਵਿੱਚ ਕਤਰ 에ਅਰਵੇਜ਼ ਜੜੀ ਆ ਅੰਮ੍ਰਿਤਸਰ ਆ ਸਕਦੀ ਆ 7 ਦਿਨ ઓਪਰੇਟ ਕਰ ਸਕਦੀ ਹੈ ਤੇ ਉਹ ਜਿਹੜੀਆਂ ਨੇ ਫਲਾਈਟਸ ਨੇ ਐਲੀਜੀਬਲ ਹੋ ਜਾਣਗੀਆਂ 27 ਮਾਰਚ ਤੋਂ ਪਰ ਦੇ ਹੈਵ ਟੂ ਫਾਲੋ ਦ ਹੋਮ ਜਿਹੜੇ ਹੈਲਥ ਐਂਡ ਫੈਮਿਲੀ ਵੈਲਫੇਅਰ ਜੋ ਵੀ ਉਹਨਾਂ ਦੇ ਹੈਲਥ ਡਿਪਾਰਟਮੈਂਟ ਦੇ ਰੂਲਸ ਹੋਣਗੇ ਜੋ ਕਿ ਇਸ ਸਮੇਂ ਇਸ ਸਮੇਂ ਜਿਹੜੇ ਰੂਲਸ ਨੇ ਉਹਨਾਂ ਨੇ ਕਿਹਾ ਜੇ ਤੁਹਾਨੂੰ ਵੈਕਸੀਨੇਸ਼ਨ ਲੱਗੀ ਹੈ ਕੋਵਿਡ ਟੈਸਟ ਕਰਵਾਉਣ ਦੀ ਲੋੜ ਨਹੀਂ ਪਵੇਗੀ ਭਾਰਤ ਆਉਣ ਲਈ ਕਾਫੀ ਲੋਕ ਜਿਹੜੇ ਨੇ 에어ਪੋਰਟ ਤੇ ਪਹੁੰਚ ਰਹੇ ਨੇ ਤੇ ਉਹਨਾਂ ਨੇ ਪਤਾ ਉਹ ਸੋਚਦੇ ਨੇ ਕੋਵਿਡ ਟੈਸਟ ਦੀ ਲੋੜ ਨਹੀਂ ਅਸੀਂ ਕਾਰਡ ਦਿਖਾ ਦਾਂਗੇ ਤੇ ਫਲਾਈਟ ਲੈ ਲਾਂਗੇ ਪਰ ਨਹੀਂ ਤੁਹਾਨੂੰ ਆਪਣਾ ਕੋਵਿਡ ਦਾ ਜਿਹੜਾ ਸਰਟੀਫਿਕੇਟ ਹੈ ਉਹ ਅਪਡੇਟ ਅਪਲੋਡ ਕਰਨਾ ਪਵੇਗਾ 에어 ਸੁਵਿਧਾ ਤੇ ਸੋ ਇਹ ਜੜੀਆਂ ਰੈਸਟ੍ਰਿਕਸ਼ਨਸ ਜੜੀਆਂ ਨੇ ਫਲਾਈਟਸ ਦੀਆਂ ਖਤਮ ਹੋ ਰਹੀਆਂ ਨੇ ਪਰ ਜੜੀਆਂ ਰਿਕੁਆਇਰਮੈਂਟਸ ਨੇ ਕਿ ਜੋ ਵੀ ਤੁਸੀਂ ਭਾਵਿਓ ਟੈਸਟ ਕਰਵਾਉਣਾ ਹੈ ਉਹਦੇ ਹਾਲੇ ਕੋਈ ਅਪਡੇਟ ਨਹੀਂ ਹੈ ਆਲੇ ਉਹ ਹੀ ਚੱਲਣ ਗਿਆ ਪਰ 27 ਮਾਰਚ ਤੋਂ ਜੜੀਆਂ ਨੇ ਇਹ ਫਲਾਈਟ ਜੜੀਆਂ ਨੇ ਪਰ মিনিਸਟਰੀ ਆਫ ਫੈਮਿਲੀ ਐਂਡ ਹੈਲਥ ਜੜੀ ਆ ਇੰਡੀਆ ਦੀ ਉਹਦੀਆਂ ਗਾਈਡਲਾਈਨਸ ਸਾਰੀਆਂ ਉਹਨਾਂ ਨੂੰ ਸਟ੍ਰਿਕਟ ਐਡਹਰੈਂਸ ਜੋ ਵਿੱਚ ਲਿਖਿਆ ਗਿਆ ਹੈ ਉਹ ਫਾਲੋ ਕਰਨਾ ਪਏਗਾ ਤੇ ਉਹ ਜੜੀਆਂ ਨੇ ਉਹ ਟਾਈਮ ਟੂ ਟਾਈਮ ਅਮੈਂਡਡ ਅਮੈਂਡ ਹੁੰਦੀਆਂ ਰਹਿਣਗੀਆਂ ਸੋ ਚੰਗੀ ਖਬਰ ਇਹ ਜੜੀਆਂ ਜਿਸ ਤਰ੍ਹਾਂ ਦੱਸਿਆ ਲਾਕਡਾਊਨ ਵੇਲੇ ਜਿਹੜੇ 에ਅਰ ਬੱਬਲ ਐਗਰੀਮੈਂਟ ਤਹਿਤ ਫਲਾਈਟਸ ਸ਼ੁਰੂ ਹੋਈਆਂ ਸਨ ਉਹ ਜੁਲਾਈ 2020 ਤੋਂ ਸ਼ੁਰੂ ਹੋਈਆਂ ਜਿਹਦੇ ਤਹਿਤ ਭਾਰਤ ਨੇ ਵੰਦੇ ਭਾਰਤ ਮਿਸ਼ਨ ਦਾ ਨਾਮ ਦਿੱਤਾ ਤੇ ਭਾਰਤ ਵਿਦੇਸ਼ ਤੋਂ ਆਪਣੇ ਨਾਗਰਿਕ ਵਾਪਸ ਲਿਆਉਂਦੇ ਪਰ ਉਸ ਤੋਂ ਬਾਅਦ ਪੰਬਲਪੂਸਾ ਬਣਿਆ ਰਿਹਾ ਕਿ ਕਿਹੜੇ ਲੋਗ ਭਾਰਤ ਤੋਂ ਕਿਹੜੇ ਮੁਲਕ ਨੂੰ ਕਿਹੜੇ ਕਿਹੜੇ ਰਸਤੇ ਨਹੀਂ ਜਾ ਸਕਦੇ ਨੇ ਸੋ ਚੰਗੀ ਖਬਰ ਹੈ ਕਿ ਇਹ ਸਾਰੇ ਹੁਣ ਜਿਹੜੇ ਪਲੇਖੇ ਪੰਬਲਪੂਸੇ ਜੜੇ ਸਨ ਉਹ ਖਤਮ ਹੋ ਜਾਣਗੇ ਕਿਉਂਕਿ ਹਾਲੇ ਵੀ ਸਮਝ ਨਹੀਂ ਲੱਗਦੀ ਕਿ ਕਿਹੜੇ ਮੁਲਕ ਤਾਂ ਨਹੀਂ ਕੋਈ ਕਿੱਥੋਂ ਜਾ ਸਕਦਾ ਹੈ ਤੇ ਸਵਾਰੀਆਂ ਜੜੀਆਂ ਨੇ ਉਹ ਪ੍ਰੇਫਰ ਕਰਦੀਆਂ ਨੇ ਕਿ ਅਸੀਂ ਜਾਜ ਚੜੀਏ ਤੇ ਸਿੱਧਾ ਆਪਣੀ ਡੈਸਟੀਨੇਸ਼ਨ ਤੇ ਉਤਰ ਜਾਈਏ ਪਤਾ ਨਹੀਂ ਰਸਤੇ 'ਚ ਕਿਹੜੀਆਂ ਰੈਸਟ੍ਰਿਕਸ਼ਨਸ ਲੱਗ ਜਾਣੀਆਂ ਵਾ ਜਾਜ ਦੇ ਉੜਦੇ ਹੋਏ ਹੀ ਸੋ ਇਸ ਕਰਕੇ ਉਹ ਪ੍ਰੇਫਰ ਕਰ ਰਹੇ ਨੇ ਪਰ ਚੰਗੀ ਗੱਲ ਹੈ ਕਿ ਜਦੋਂ ਜੇਕਰ ਕਿਸੇ ਮੁਲਕ ਨੇ ਰਸਤੇ 'ਚ ਟ੍ਰਾਂਜ਼ਿਟ ਕਰਨ ਲਈ ਰੈਸਟ੍ਰਿਕਸ਼ਨਸ ਨਹੀਂ ਲਾਈਆਂ ਹੋਈਆਂ ਤਾਂ ਇਹੋ ਹੀ ਉਮੀਦ ਹੈ ਕਿ ਜਿਹੜਾ ਭਾਵੇਂ ਉਹ ਅੰਮ੍ਰਿਤਸਰ ਦਾ ਹਵਾਈ ਅੱਡਾ ਵਾ ਕਤਰ 에어ਵੇਜ਼ ਨੇ ਕਿਉਂਕਿ ਇਹ ਜਿਹੜੇ ਹਵਾਈ ਸਮਝੌਤੇ 에어 ਬੱਬਲ ਹੋ ਰਹੇ ਸਨ ਉਹਦੇ ਬੜੀ ਕਨਫਿਊਜ਼ਨ ਸੀਗੀ ਕਤਰ 에어ਵੇਜ਼ ਨੇ 15 ਦਸੰਬਰ ਨੂੰ ਭਾਰਤ ਸਰਕਾਰ ਨੇ ਅਨਾਉਂਸ ਕੀਤਾ ਸੀ ਪਹਿਲਾਂ ਕਿ ਫਲਾਈਟਸ ਰੀਜ਼ਿਊਮ ਹੋਣਗੀਆਂ ਓਮਿਕਰੋਨ ਦੇ ਆਣ ਕਰਕੇ ਉਹਨਾਂ ਨੂੰ ਫਿਰ ਡਿਲੇ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਤਰ 에어ਵੇਜ਼ ਦੀ ਫਲਾਈਟ ਜਿਹੜੀ ਹੈ ਉਹ ਮਾਰਚ ਦੇ ਅਖੀਰ ਤੱਕ ਜਿਹੜੀ ਹੈ ਅਵੇਲੇਬਲ ਨਹੀਂ ਸੀ ਉਹਨਾਂ ਨੇ ਕੈਨਸਲ ਕਰ ਦਿੱਤੀਆਂ ਸਸਪੈਂਡ ਕਰ ਦਿੱਤੀਆਂ ਪਰ ਉਹਨਾਂ ਦੀ ਹੁਣ ਜਿਹੜੀ ਬੁਕਿੰਗ ਹੈ ਉਨਾ ਦੇ ਵੈਬਸਾਈਟ ਤੇ ਜਾਂ ਕਿਸ ਤਰ੍ਹਾਂ ਵੀ ਹੈ ਪੂਰੇ ਹਫਤੇ ਵਿੱਚ 7 ਦਿਨ ਹੋ ਰਹੀ ਹੈ ਸੋ ਸਾਨੂੰ ਉਮੀਦ ਹੈ ਕਿ ਕਤ ਰੇਅਰਵੇਜ਼ ਜਿਹੜੀ ਹੈ ਅੰਮ੍ਰਿਤਸਰ ਤੋਂ ਆਪਣੀਆਂ ਫਲਾਈਟਸ ਰੀਜ਼ਿਊਮ ਕਰ ਦੇਗੀ ਦੂਜੀ ਗੱਲ ਕੁਝ ਹੋਰ 에ਅਰਲਾਈਨਸ ਜੜੀਆਂ ਵਿਦੇਸ਼ ਦੀਆਂ ਆਉਂਦੀਆਂ ਸਨ ਤੁਰਕਮੇਨਿਸਤਾਨ ਤੇ ਹੋਰ 에ਅਰਲਾਈਨਸ ਉਹਨਾਂ ਦੀ ਵੀ ਉਮੀਦ ਹੈ ਕਿ ਉਹ ਵਾਪਸ ਆਉਣ ਗਿਆ ਡਿਪੈਂਡ ਕਰੇਗਾ ਕਿ ਉਹਨਾਂ ਦੇ ਮੁਲਕ ਨੇ ਕਿੰਨੇ ਜੜੇ ਨੇ ਉਹ ਓਪਨਿੰਗ ਕੀਤੀ ਹੈ ਸਭ ਤੋਂ ਵਧੀਆ ਗੱਲ ਇੱਕ ਹੋਈ ਹੈ ਖਾਸ ਕਰਕੇ ਆਸਟ੍ਰੇਲੀਆ ਵਾਲਿਆਂ ਲਈ ਜਿਹੜੀ ਸਕੂਟ 에ਅਰਲਾਈਨ ਅੰਮ੍ਰਿਤਸਰ ਤੋਂ ਸਿੰਗਾਪੁਰ ਜਾਂਦੀ ਸੀ ਤੇ ਕਨਵੀਨੀਐਂਟਲੀ ਮੈਲਬੌਰਨ ਸਿਡਨੀ ਤੇ ਹੋ एयरपोर्ट्स ਨੂੰ ਕਨੈਕਟ ਕਰਦੀ ਸੀ ਅੰਮ੍ਰਿਤਸਰ ਤੋਂ ਉਹਨੇ 31 ਜਨਵਰੀ ਤੋਂ ਆਪਣੀਆਂ ਫਲਾਈਟਸ ਫਿਰ ਤੋਂ ਰੀਜ਼ਿਊਮ ਕੀਤੀਆਂ ਹੋਈਆਂ ਨੇ ਸ਼ੁਰੂ ਹੋਈਆਂ ਨੇ ਪਰ ਸਿੰਗਾਪੁਰ ਨੇ ਪਹਿਲਾਂ ਜੜੀਆਂ ਨੇ VTL ਜੜੀਆਂ ਸਪੈਸ਼ਲ ਜੜੀ ਪਰਮਿਸ਼ਨ ਸੀ ਕਿ ਤੁਹਾਨੂੰ ਉੱਤੇ ਜਾ ਕੇ ਕੁਆਰੰਟੀਨ ਹੋਣਾ ਪਏਗਾ ਪਹਿਲਾਂ ਰੱਖੀ ਸੀ ਉਹ ਵੀ ਹੁਣ ਰੀਸੈਂਟਲੀ ਉਹਨਾਂ ਨੇ ਕੁਆਰੰਟੀਨ ਦਾ ਰੈਸਟ੍ਰਿਕਸ਼ਨ ਖਤਮ ਕਰ ਦਿੱਤੀਆਂ ਨੇ ਤੇ ਅੰਮ੍ਰਿਤਸਰ ਤੋਂ ਹੁਣ ਲੋਕ ਸਿੰਗਾਪੁਰ ਜਾ ਜਾਣਗੇ ਤੇ ਉਹਨਾਂ ਨੂੰ ਜੜੀ ਹੈ ਉਹ ਰੈਸਟ੍ਰਿਕਸ਼ਨ ਨਹੀਂ ਹੋਏਗੀ ਕਿ ਉਹਨਾਂ ਨੇ ਕੁਆਰੰਟੀਨ ਹੋਣਾ ਹੈ ਤੇ ਅਗਾਹ ਜਿਹੜੇ ਆਸਟ੍ਰੇਲੀਆ ਜਾਣਗੇ 27 ਮਾਰਚ ਤੋਂ ਬਾਅਦ ਉਹਨਾਂ ਨੂੰ ਟਰਾਂਜ਼ਿਟ ਵਿੱਚ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ। ਅ ਇਸ ਸਮੇਂ ਜੋ ਪਿਛੇ ਜਨਜ਼ ਦੇ ਦੇਖਣ ਆਇਆ ਸੀ ਸਕੂਟ ਤੇ ਲੋਕ ਟਰਾਂਜ਼ਿਟ ਕਰ ਰਹੇ ਸਨ ਪਰ ਭਾਰਤ ਡੀਜੀਸੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਟਰਾਂਜ਼ਿਟ ਨਹੀਂ ਲੈ ਕੇ ਜਾ ਸਕਦੇ। ਇਹੀ ਪੰਬਲਪੂਸਾ ਜਣਾ ਕੁਝ 에어ਪੋਰਟ ਤੋਂ ਸਾਫ਼ ਉਹ ਲੈ ਕੇ ਜਾ ਰਹੇ ਨੇ 에어ਲਾਈਨਸ ਤੇ ਪਤਾ ਨਹੀਂ ਕਿਉਂ ਅਮਰਸਰ ਲਈ ਰੈਸਟ੍ਰਿਕਟ ਕੀਤਾ ਜਾ ਰਿਹਾ ਸੀ। ਖੈਰ 27 ਮਾਰਚ ਤੋਂ ਜਦੋਂ ਫਲਾਈਟਸ ਜਿਹੜੀਆਂ ਨੇ ਪੂਰੀਆਂ ਰੀਜ਼ਿਊਮ ਹੋਣਗੀਆਂ ਇੱਕ ਚੰਗੀ ਖਬਰ ਹੈ ਪੰਜਾਬੀ ਭਾਈਚਾਰੇ ਲਈ ਕਿ ਅਸੀਂ ਸਾਰੇ ਤੁਸੀਂ ਜਿਹੜੇ ਨੇ ਉਹ ਕਤਰ 에ਅਰਵੇਜ਼ ਸਕੂਟ ਜਾਂ ਹੋਰ ਜਿਹੜੀਆਂ 에ਅਰਲਾਈਨਸ ਪਹਿਲਾਂ 에ਅਰ ਏਸ਼ੀਆ ਵੀ ਚੱਲਦੀ ਸੀ ਉਹਨਾਂ ਤੇ ਵੀ ਜਿਹੜਾ ਹੈ ਫਿਰ ਤੋਂ ਤੁਸੀਂ ਜਿਹੜਾ ਹੈ ਉਹ ਜਾ ਸਕੋਗੇ ਅੰਮ੍ਰਿਤਸਰ ਤੋਂ 에ਅਰ ਇੰਡੀਆ ਵੱਲੋਂ ਬਰਮਿੰਗਮ ਦੀ ਫਲਾਈਟ ਵੀ ਹੈ ਅੱਗੇ ਹਫ਼ਤੇ ਵਿੱਚ 3 ਦਿਨ ਆਪਰੇਟ ਹੋ ਰਹੀ ਸੀ ਸੋ ਆਸ ਕਰਦੇ ਹਾਂ ਕਿ ਉਹਦੀ ਫ੍ਰੀਕੁਐਂਸੀ ਵੀ 에ਅਰ ਇੰਡੀਆ ਦੇ ਰੈਗੂਲਰ ਫਲਾਈਟਸ ਰਿਜ਼ਿਊਮ ਹੁੰਦੀਆਂ ਨੇ ਉਹ ਵਧਾਏਗੀ ਪਰ ਲੰਡਨ ਹੀਥਰੋ ਦੀ ਅੰਮ੍ਰਿਤਸਰ 3 ਦਿਨ ਲਗਾਤਾਰ 3 ਦਿਨ ਸ਼ਨੀਵਾਰ ਤੋਂ ਸੋਮਵਾਰ ਯੂਕੇ ਤੋਂ ਲੰਡਨ ਤੋਂ ਅੰਮ੍ਰਿਤਸਰ ਤੇ ਐਤਵਾਰ ਸੋਮਵਾਰ ਤੇ ਮੰਗਲਵਾਰ ਅੰਮ੍ਰਿਤਸਰ ਤੋਂ ਲੰਡਨ ਹੀਥਰੋ ਜਿਹੜੀ ਹੈ ਉਹ ਆਪਰੇਟ ਹੋਏਗੀ ਇਹਦੀ ਜਿਹੜੀ ਬੁਕਿੰਗ ਹੈ ਅਕਤੂਬਰ ਦੇ ਅਖੀਰ ਤੱਕ ਐਂਡ ਆਫ ਸਮਰ ਸੀਜ਼ਨ ਤੱਕ ਅਵੇਲੇਬਲ ਹੈ ਸੋ ਇਹ ਜਿਹੜੀ ਵੱਡੀ ਅਪਡੇਟ ਜਿਹੜੀ ਇਹੀ ਹੈ ਕਿ ਜਿਹੜੀਆਂ ਫਲਾਈਟਸ ਭਾਰਤ ਨੇ 2 ਸਾਲ ਤੱਕ 2 ਸਾਲ ਤੱਕ ਸਸਪੈਂਡ ਰੱਖੀਆਂ ਫਲਾਈਟਸ ਆਪਰੇਟ ਹੋ ਰਹੀਆਂ ਸਨ ਪਰ ਇੱਕ ਸਪੈਸ਼ਲ ਜਿਹੜੇ ਐਗਰੀਮੈਂਟਸ ਤਹਿਤ ਹੋ ਰਹੀਆਂ ਸਨ ਔਰ ਰੀਜ਼ਿਊਮ ਹੋ ਰਹੀਆਂ ਨੇ 27 ਮਾਰਚ ਤੋਂ ਕਾਫੀ ਸਕੇ ਸੰਬੰਧੀ ਕਈ ਸਾਲਾਂ ਤੋਂ ਹੁਣ 2 ਸਾਲ ਤੋਂ ਕਈ ਤੇ ਲੋਕ ਟਰੈਵਲ ਨਹੀਂ ਕਰ ਸਕੇ ਸੋ ਕੋਵਿਡ ਦੇ ਕੇਸ ਘਟਨ ਨਾਲ ਵੈਕਸੀਨੇਸ਼ਨ ਹੋਣ ਨਾਲ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ ਕਿ ਅਸੀਂ ਜਿਹੜੀਆਂ ਫਲਾਈਟਸ ਨੇ ਹੋ ਰੀਜ਼ਿਊਮ ਕਰ ਰਹੇ ਆ ਇਹ ਬੜਾ ਵੈਲਕਮ ਸਟੈਪ ਹੈ ਇਹਦੇ ਨਾਲ ਟੂਰਿਜ਼ਮ ਇੰਡਸਟਰੀ ਨੂੰ ਵੀ ਫਾਇਦਾ ਹੋਏਗਾ ਸੋ ਆਸ ਕਰਦੇ ਹਾਂ ਕਿ ਫਿਰ ਤੋਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਰਿਸ਼ਤੇਦਾਰਾਂ ਨੂੰ ਮਿਲਣਾ ਟਰੈਵਲ ਕਰਨਾ ਹਰ ਤਾਂ ਉਹ ਫਿਰ ਤੋਂ ਜਿਹੜਾ ਹੈ ਨਾਰਮਲ ਹੋ ਜਾਏਗਾ ਜੇਕਰ ਤੁਹਾਡੇ ਕੋਈ ਵੀ ਕੁਐਸਚਨ ਹੋਵੇ ਸਾਡੇ ਕੋਲ ਕੁਐਰੀਜ਼ ਆndੀਆਂ ਆ ਰਹਿਆਂ ਦਿਆਂ ਨੇ ਕਤਰ 에ਅਰਵੇਜ਼ ਦੀਆਂ ਬਹੁਤ ਆ ਰਹੀਆਂ ਸਨ ਸਕੂਟ ਦੀਆਂ ਬਹੁਤ ਆ ਰਹੀਆਂ ਸਨ ਕਿ ਟ੍ਰਾਂਜ਼ਿਟ ਕਰ ਸਕਦੇ ਹੋ ਪਹਿਲਾਂ ਆਸਟ੍ਰੇਲੀਆ ਟ੍ਰਾਂਜ਼ਿਟ ਉਹ ਕਰਨ ਦੇ ਰਹੇ ਸੀ ਪਰ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ ਪਰ ਜੋ 27 ਮਾਰਚ ਤੋਂ ਬਾਅਦ ਕੋਈ ਰੈਸਟ੍ਰਿਕਸ਼ਨਸ ਨਹੀਂ ਹੋਣਗੀਆਂ ਐਨੀ 에ਅਰਲਾਈਨ ਕੈਨ ਟ੍ਰਾਂਸਫਰ অর ਟ੍ਰਾਂਜ਼ਿਟ ਪੈਸੇਂਜਰ ਵਾਇਆ ਯੂਰਪ ਲੰਡਨ ਜਾਂ ਕਿਤੇ ਵੀ ਜਿੱਥੋਂ ਵੀ ਹੈ ਮਿਡਲ ਈਸਟਨ ਦੋਹਾ ਰਾਹੀਂ ਤੇ ਫਿਰ ਤੁਸੀਂ ਜਾ ਸਕਦੇ ਹੋ ਚੰਗੀ ਗੱਲ ਇਹ ਹੋਏਗੀ ਕਿ ਕਤਰ ਤੇ ਹੁਣ ਅਮਰੀਕਾ ਅੰਮ੍ਰਿਤਸਰ ਦੋਹਾ ਲੋਗ ਅਮਰੀਕਾ ਤਕਰੀਬਨ 11 ਡੈਸਟੀਨੇਸ਼ਨਸ ਤੇ ਇਸੇ ਤਰ੍ਹਾਂ ਮੋਂਟਰੀਅਲ ਤੇ ਨਾਲ ਕਤਰ ਰੇ ਕੋਰਸ ਸ਼ੇਅਰ ਕੀਤਾ ਵਾ 에ਅਰ ਕੈਨੇਡਾ ਨਾਲ ਅੰਮ੍ਰਿਤਸਰ ਦੋਹਾ ਦੋਹਾ ਤੋਂ ਟੋਰਾਂਟੋ ਤੇ ਇਸੇ ਤਰ੍ਹਾਂ ਸਕੂਟ ਤੇ ਵੀ ਤੁਸੀਂ ਆਸਟ੍ਰੇਲੀਆ ਵੱਲ ਨੂੰ ਜਾ ਸਕੋਗੇ ਹੋਰ ਜਿਹੜੀ ਕਨੈਕਟੀਵਿਟੀ ਹੈ ਉਹਦੇ ਲਈ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਵਾਂਗੇ ਜੇਕਰ ਤੁਹਾਡੇ ਕੋਈ ਕਮੈਂਟ ਹੋਵੇ ਕੋਈ ਵੀ ਸੁਜੈਸ਼ਨ ਹੋਵੇ ਜ਼ਰੂਰ ਕਮੈਂਟਸ ਵਿੱਚ YouTube ਤੇ Fly Amritsar Initiative page amritsar epic connecting the world te group ve a facebook fly amritsar initiative twitter instagram so please enu support karo assi koshish karange airlines nu hon fir to approach karn layi request karan layi ta jo ajdiyan flights ne vaat to vaat amritsar to shuru ho sakan te sade jade punjabi khas karke videsh vaste ne oh conveniently punjab paunch sakan ik var fir to main sameep singhum tala america ton sare da dhanwad dhanwad karda haan ਔਰ ਨਵੀਂ ਜਾਣਕਾਰੀ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ